ਹਾਂਜੀ ਭਰਾਵੋ, ਆਹ ਦੇਖ ਲਓ ਬਾਈ, ਤੁਹਾਡੇ ਸਾਹਮਣੇ ਆਪਾਂ ਇੱਕ ਦਰਖਤ ਦਿਖਾ ਰਹੇ ਹਾਂਗੇ ਜਿਹਦੇ ਉੱਪਰ ਜਿਹੜਾ ਤੇਂਦੂਆ ਕਹਿ ਦਿਓ ਵੀ, ਜਿਹਨੂੰ ਲੈਪੜ ਵੀ ਕਹਿ ਜਾਂਦੇ ਹੈਗੇ ਇੰਗਲਿਸ਼ ਦੇ ਵਿੱਚ, ਉਹ ਦਰਖਤ ਦੇ ਉੱਪਰ ਚੜ੍ਹਿਆ ਪਿਆ ਹੈਗਾ। ਕਿਉਂ? ਬਹੁਤ ਵੀਰਾਂ ਦੇ ਮੈਨੂੰ ਮੈਸੇਜ ਆ ਰਹੇ ਸੀਗੇ, ਕਹਿੰਦੇ ਬਈ ਜੇ ਤੇਂਦੂਆ ਹੋਇਆ ਹੈ ਨਾ, ਅਤੇ ਸ਼ੇਰ ਤਾਂ ਆਪਾਂ ਕਹੀਏ ਗੱਲ ਵੀ ਆਪਦਾ ਇਲਾਕਾ ਨਹੀਂ ਛੱਡਦਾ, ਨਾ ਹੀ ਚੀਤਾ ਜਿਹੜਾ ਟਾਈਗਰ ਆ ਉਹ ਆਪਦਾ ਇਲਾਕਾ ਸਾਡੇ, ਅਤੇ ਜਿਹੜਾ ਤੇਂਦੂਆ ਇਹ ਨਹਿਰਾਂ ਦੇ ਨਾਲ ਨਾਲ ਸ਼ਿਕਾਰ ਦੀ ਭਾਲ ਦੇ ਵਿੱਚ ਬਹੁਤ ਦੂਰ ਦੂਰ ਤੱਕ ਨਿਕਲੇ ਆਉਂਦੇ ਨੇ। ਜਿਵੇਂ ਪਿੱਛੇ ਜੇ ਵੀ 5 ਕੁ ਸਾਲ ਪਹਿਲਾਂ ਦੀ ਗੱਲ ਆ, ਲਹਿਰੇ ਗਾਗੇ ਬਲਾਡੇ ਬਰੇਟੇ ਕਣੀ ਇੱਕ ਫਲੇੜਾ ਪਿੰਡ ਹੈਗਾ, ਉੱਥੇ ਆਇਆ ਸੀਗਾ। ਉਹ ਲੋਕਾਂ ਨੂੰ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀ ਇਹ ਕਿੰਨਾ ਖਤਰਨਾਕ ਜਾਨਵਰ ਹੈਗਾ। ਅਤੇ ਇਸੇ ਤਰ੍ਹਾਂ ਇਹ ਅਰਜਨ ਦਾ ਦਰਖਤ ਹੈਗਾ ਜਿਹਦੇ ਉੱਪਰ ਜਿਹੜਾ ਇਹ ਤੇਂਦੂਆ ਮਤਲਬ ਵੀ ਚੜ੍ਹਿਆ ਪਿਆ, ਅਤੇ ਆਹ ਜਿਹੜੇ ਇਹਦੇ ਘਸੀਟੇ ਪਏ ਹੋਏ ਨੇ ਜਿਹਨੂੰ ਆਪਾਂ ਕਹਿੰਦੇ ਸਿਲਕ ਸਿਲਕ ਲਿਆ ਪਿਆ ਨਾ, ਉਹ ਇਹ ਗੱਲ ਦਾ ਸਬੂਤ ਹੈ ਵੀ ਇਹਦੇ ਮੂੰਹ ਦੇ ਵਿੱਚ ਕੋਈ ਸ਼ਿਕਾਰ ਫੜਿਆ ਪਿਆ ਸੀਗਾ, ਅਤੇ ਦਰਖਤ ਦੇ ਉੱਪਰ ਜਾ ਕੇ ਇਹਨੇ ਉਹ ਖਾਧਾ। ਅਤੇ ਹੋਰ ਵੀ ਗੱਲ ਤੁਹਾਨੂੰ ਹੋਰ ਦੱਸਦਾ, ਇਹ ਜਾਨਵਰ ਇੰਨਾ ਤੇਜ਼ ਹੁੰਦਾ, ਇਹਨੂੰ ਐਂ ਹੁੰਦਾ ਵੀ ਮੇਰੀ ਹੋਂਦ ਦਾ ਕਿਸੇ ਨੂੰ ਪਤਾ ਨਾ ਲੱਗ ਜੇ, ਇਹ ਮੁੜ ਕੇ ਉੱਥੋਂ ਸਾਰਾ ਸਾਫ਼ ਸਫਾਇਆ ਕਰ ਦਿੰਦਾ। ਤੁਸੀਂ ਪਛਾਣ ਵੀ ਨਹੀਂ ਸਕਦੇ ਵੀ ਇੱਥੇ ਕੋਈ ਕੁੱਤਾ ਜਿਹੜਾ ਉਹ ਕਿਵੇਂ ਉਹਦਾ ਸ਼ਿਕਾਰ ਕੀਤਾ ਪਿਆ, ਜਾਂ ਕੋਈ ਖਤਰਨਾਕ ਜਾਨਵਰ ਆਪਣੇ ਏਰੀਏ ਦੇ ਵਿੱਚ ਫਿਰ ਰਿਹਾ ਹੈਗਾ। ਅਤੇ ਇਹਦੀ ਵੱਡੀ ਖਾਸੀਅਤ ਕੀ ਹੈ, ਜਿਵੇਂ ਵਿੱਚ ਬੰਦੇ ਕਹਿ ਜਾਂਦੇ ਆ ਵੀ ਭੰਦੋਲਿਆ ਹੋਊਗਾ ਜਾਨਵਰ ਨੂੰ, ਭੰਦੋਲੇ ਉਹ ਕਰੇ, ਭੰਦੋਲਣ ਦਾ ਤਾਂ ਇਹ ਟਾਈਮ ਹੀ ਨਹੀਂ ਲਾਉਂਦਾ ਹੈਗਾ। ਇਹਦਾ ਜਾਨਵਰ ਨੂੰ ਨਾਲ ਦੀ ਨਾਲ ਕੋਈ ਵੀ ਹੈਗਾ ਉਹਨੂੰ ਅਟੈਕ ਕੀਤਾ, ਗਰਦਨ ਤੋਂ ਫੜਦਾ, ਅਤੇ ਗਰਦਨ ਤੋਂ ਫੜ ਕੇ ਸਿੱਧਮ ਸਿੱਧਾ ਜਿੱਥੇ ਇਹਦਾ ਇਹਨੂੰ ਸੇਫ ਜਗ੍ਹਾ ਲੱਗਦੀ, ਚਾਹੇ ਕਿਸੇ ਦਰਖਤ 'ਤੇ ਚੜ੍ਹ ਕੇ ਖਾਵੇ, ਚਾਹੇ ਕਿਤੇ ਵੀ ਖਾਵੇ। ਜਿਹੜੇ ਵੀਰ ਡਿਸਕਵਰੀ ਦੇਖਦੇ ਰਹੇ ਹੈਗੇ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਆਪਣੇ ਸ਼ਿਕਾਰ ਦੀ ਭਾਲ ਦੇ ਵਿੱਚ ਦਰਖਤ ਪੂਰੇ ਵੱਡੇ ਵੱਡੇ ਦਰਖਤਾਂ 'ਤੇ ਚੜ੍ਹ ਜਾਂਦਾ, ਇੱਥੋਂ ਤੱਕ ਕਿ ਸਫੈਦੇ ਵਰਗੇ ਸਿੱਧੇ ਦਰਖਤ 'ਤੇ ਵੀ ਚੜ੍ਹ ਜਾਂਦਾ, ਅਤੇ ਉੱਥੇ ਜਾ ਕੇ 40-50 ਫੁੱਟ ਉੱਪਰੋਂ ਦੇਖਦਾ ਵੀ ਆਲੇ ਦੁਆਲੇ ਕਿਤੇ ਮੇਰਾ ਕੋਈ ਸ਼ਿਕਾਰ ਫਿਰਦਾ ਹੋਵੇ ਅਤੇ ਮੈਂ ਉਹਨੂੰ ਉਹ ਕਰ ਲਾਂ। ਇਹ ਆਪਦੇ ਵਜ਼ਨ ਤੋਂ 3-4 ਗੁਣਾ ਵਜ਼ਨ ਚੱਕ ਕੇ ਕਿਸੇ ਵੀ ਉੱਚੀ ਥਾਂ 'ਤੇ ਚੜ੍ਹ ਸਕਦਾ, ਅਤੇ ਕਿਉਂ ਜਾਣ ਦੀ ਇਹਦੇ ਵਿੱਚ ਕੋਈ ਕਮੀ ਨਹੀਂ ਹੁੰਦੀ। ਸਾਰਾ ਦਿਨ ਤੁਸੀਂ ਦੇਖ ਲਓ ਇਹ ਕਿਹੋ ਜਿਹਾ ਸ਼ਿਕਾਰ ਵਾਲਾ ਭੋਜਨ ਸਕਦਾ, ਅਤੇ ਵੱਧ ਇਹ ਨਹਿਰਾਂ ਵਾਲੇ ਇਲਾਕਿਆਂ 'ਚ ਜਾਂ ਜਿਵੇਂ ਕੱਛੀਆਂ ਕੁੱਛੀਆਂ ਹੁੰਦੀਆਂ ਨੇ ਉੱਥੇ, ਜਾਂ ਜਿੱਥੇ ਪਾਣੀ ਪੀਣ ਦਾ ਪ੍ਰਬੰਧ ਹੋਵੇ, ਕਿਉਂ ਇਹਨੂੰ ਤੇਹ ਬਹੁਤ ਲੱਗਦੀ ਹੈ, ਪਿਆਸ ਬਹੁਤ ਲੱਗਦੀ ਹੈਗੀ, ਉਹ ਇਲਾਕਿਆਂ ਦੇ ਵਿੱਚ ਭਰਾਵੋ ਇਹ ਫਿਰਦਾ ਰਹਿੰਦਾ ਹੈਗਾ। ਅਤੇ ਇਸੇ ਤਰ੍ਹਾਂ ਮੈਂ ਕਹਿਣਾ ਸਾਰੇ ਵੀਰਾਂ ਨੂੰ ਵੀ ਇਹ ਜਿਹੜੇ ਨਿਸ਼ਾਨ ਨੇ ਨਾ, ਇਹ ਨਿਸ਼ਾਨ ਭਵਾਨੀਗੜ੍ਹ ਕੋਲ ਇੱਕ ਘਰਾਚੋਂ ਪਿੰਡ ਹੈ, ਘਰਾਚੋਂ ਪਿੰਡ ਦੇ ਵਿੱਚ ਇੱਕ ਮੁੰਡਾ ਹੈਗਾ ਵੀਰ ਆਪਣਾ, ਅਤੇ ਮੈਂ ਉਹਦਾ ਨਾਂ ਨਹੀਂ ਫਿਲਹਾਲ ਪਬਲਿਕ ਕਰਦਾ, ਉਸ ਦੇ ਖੇਤ ਦੀਆਂ ਨੇ ਬਾਈ ਜੀ ਇਹ, ਅਤੇ ਜੇ ਲੋੜ ਪਈ ਤਾਂ ਆਪਾਂ ਵੀਰ ਦੀ ਇੰਟਰਵਿਊ ਵੀ ਕਰਾਂਗੇ। ਤਾਂ ਕਰਕੇ ਬਾਈ ਮੰਨ ਲਓ ਵੀ ਹਰੀਗੜ੍ਹ ਭੈਣੀ ਦੇ ਖੇਤਾਂ 'ਚ ਦੇਖਿਆ ਗਿਆ, ਇਹ ਇੱਕ ਰਾਤ ਦੇ ਵਿੱਚ 40-50 ਕਿਲੋਮੀਟਰ ਸਫ਼ਰ ਤੈਅ ਕਰਨਾ, ਇਹਦੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ। ਹਾਂਜੀ ਭਰਾਵੋ, ਆਹ ਦੇਖ ਲਓ ਬਾਈ, ਤੁਹਾਡੇ ਸਾਹਮਣੇ ਆਪਾਂ ਇੱਕ ਦਰਖਤ ਦਿਖਾ ਰਹੇ ਹਾਂਗੇ ਜਿਹਦੇ ਉੱਪਰ ਜਿਹੜਾ ਤੇਂਦੂਆ ਕਹਿ ਦਿਓ ਵੀ, ਜਿਹਨੂੰ ਲੈਪੜ ਵੀ ਕਹਿ ਜਾਂਦੇ ਹੈਗੇ ਇੰਗਲਿਸ਼ ਦੇ ਵਿੱਚ, ਉਹ ਦਰਖਤ ਦੇ ਉੱਪਰ ਚੜ੍ਹਿਆ ਪਿਆ ਹੈਗਾ। ਕਿਉਂ? ਬਹੁਤ ਵੀਰਾਂ ਦੇ ਮੈਨੂੰ ਮੈਸੇਜ ਆ ਰਹੇ ਸੀਗੇ, ਕਹਿੰਦੇ ਬਈ ਜੇ ਤੇਂਦੂਆ ਹੋਇਆ ਹੈ ਨਾ, ਅਤੇ ਸ਼ੇਰ ਤਾਂ ਆਪਾਂ ਕਹੀਏ ਗੱਲ ਵੀ ਆਪਦਾ ਇਲਾਕਾ ਨਹੀਂ ਛੱਡਦਾ, ਨਾ ਹੀ ਚੀਤਾ ਜਿਹੜਾ ਟਾਈਗਰ ਆ ਉਹ ਆਪਦਾ ਇਲਾਕਾ ਸਾਡੇ, ਅਤੇ ਜਿਹੜਾ ਤੇਂਦੂਆ ਇਹ ਨਹਿਰਾਂ ਦੇ ਨਾਲ ਨਾਲ ਸ਼ਿਕਾਰ ਦੀ ਭਾਲ ਦੇ ਵਿੱਚ ਬਹੁਤ ਦੂਰ ਦੂਰ ਤੱਕ ਨਿਕਲੇ ਆਉਂਦੇ ਨੇ। ਜਿਵੇਂ ਪਿੱਛੇ ਜੇ ਵੀ 5 ਕੁ ਸਾਲ ਪਹਿਲਾਂ ਦੀ ਗੱਲ ਆ, ਲਹਿਰੇ ਗਾਗੇ ਬਲਾਡੇ ਬਰੇਟੇ ਕਣੀ ਇੱਕ ਫਲੇੜਾ ਪਿੰਡ ਹੈਗਾ, ਉੱਥੇ ਆਇਆ ਸੀਗਾ। ਉਹ ਲੋਕਾਂ ਨੂੰ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀ ਇਹ ਕਿੰਨਾ ਖਤਰਨਾਕ ਜਾਨਵਰ ਹੈਗਾ। ਅਤੇ ਇਸੇ ਤਰ੍ਹਾਂ ਇਹ ਅਰਜਨ ਦਾ ਦਰਖਤ ਹੈਗਾ ਜਿਹਦੇ ਉੱਪਰ ਜਿਹੜਾ ਇਹ ਤੇਂਦੂਆ ਮਤਲਬ ਵੀ ਚੜ੍ਹਿਆ ਪਿਆ, ਅਤੇ ਆਹ ਜਿਹੜੇ ਇਹਦੇ ਘਸੀਟੇ ਪਏ ਹੋਏ ਨੇ ਜਿਹਨੂੰ ਆਪਾਂ ਕਹਿੰਦੇ ਸਿਲਕ ਸਿਲਕ ਲਿਆ ਪਿਆ ਨਾ, ਉਹ ਇਹ ਗੱਲ ਦਾ ਸਬੂਤ ਹੈ ਵੀ ਇਹਦੇ ਮੂੰਹ ਦੇ ਵਿੱਚ ਕੋਈ ਸ਼ਿਕਾਰ ਫੜਿਆ ਪਿਆ ਸੀਗਾ, ਅਤੇ ਦਰਖਤ ਦੇ ਉੱਪਰ ਜਾ ਕੇ ਇਹਨੇ ਉਹ ਖਾਧਾ। ਅਤੇ ਹੋਰ ਵੀ ਗੱਲ ਤੁਹਾਨੂੰ ਹੋਰ ਦੱਸਦਾ, ਇਹ ਜਾਨਵਰ ਇੰਨਾ ਤੇਜ਼ ਹੁੰਦਾ, ਇਹਨੂੰ ਐਂ ਹੁੰਦਾ ਵੀ ਮੇਰੀ ਹੋਂਦ ਦਾ ਕਿਸੇ ਨੂੰ ਪਤਾ ਨਾ ਲੱਗ ਜੇ, ਇਹ ਮੁੜ ਕੇ ਉੱਥੋਂ ਸਾਰਾ ਸਾਫ਼ ਸਫਾਇਆ ਕਰ ਦਿੰਦਾ। ਤੁਸੀਂ ਪਛਾਣ ਵੀ ਨਹੀਂ ਸਕਦੇ ਵੀ ਇੱਥੇ ਕੋਈ ਕੁੱਤਾ ਜਿਹੜਾ ਉਹ ਕਿਵੇਂ ਉਹਦਾ ਸ਼ਿਕਾਰ ਕੀਤਾ ਪਿਆ, ਜਾਂ ਕੋਈ
ਖਤਰਨਾਕ ਜਾਨਵਰ ਆਪਣੇ ਏਰੀਏ ਦੇ ਵਿੱਚ ਫਿਰ ਰਿਹਾ ਹੈਗਾ। ਅਤੇ ਇਹਦੀ ਵੱਡੀ ਖਾਸੀਅਤ ਕੀ ਆ, ਜਿਵੇਂ ਵਿੱਚ ਬੰਦੇ ਕਹਿੰਦੇ ਆ ਵੀ ਪੰਧੋਲਿਆ ਹੋਊਗਾ ਜਾਨਵਰ ਨੂੰ, ਪੰਧੋਲੇ ਉਹ ਕਰੇ, ਪੰਧੋਲਣ ਦਾ ਤਾਂ ਇਹ ਟਾਈਮ ਹੀ ਨਹੀਂ ਲਾਉਂਦਾ ਹੈਗਾ। ਇਹਦਾ ਜਾਨਵਰ ਨੂੰ ਨਾਲ ਦੀ ਨਾਲ ਕੋਈ ਵੀ ਹੈਗਾ ਉਹਨੂੰ ਅਟੈਕ ਕੀਤਾ, ਗਰਦਨ ਤੋਂ ਫੜਦਾ ਅਤੇ ਗਰਦਨ ਤੋਂ ਫੜ ਕੇ ਸਿੱਧਮ ਸਿੱਧਾ ਜਿੱਥੇ ਇਹਦਾ ਇਹਨੂੰ ਸੇਫ ਜਗ੍ਹਾ ਲੱਗਦੀ, ਚਾਹੇ ਕਿਸੇ ਦਰੱਖਤ 'ਤੇ ਚੜ੍ਹ ਕੇ ਖਾਵੇ, ਚਾਹੇ ਕਿਤੇ ਵੀ ਖਾਵੇ। ਜਿਹੜੇ ਵੀਰ ਡਿਸਕਵਰੀ ਦੇਖਦੇ ਰਹੇ ਹੈਗੇ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਆਪਣੇ ਸ਼ਿਕਾਰ ਦੀ ਭਾਲ ਦੇ ਵਿੱਚ ਦਰੱਖਤ ਪੂਰੇ ਵੱਡੇ ਵੱਡੇ ਦਰੱਖਤਾਂ 'ਤੇ ਚੜ੍ਹ ਜਾਂਦਾ, ਇੱਥੋਂ ਤੱਕ ਕਿ ਸਫੈਦੇ ਵਰਗੇ ਸਿੱਧੇ ਦਰੱਖਤ 'ਤੇ ਵੀ ਚੜ੍ਹ ਜਾਂਦਾ ਅਤੇ ਉੱਥੇ ਜਾ ਕੇ 40-50 ਫੁੱਟ ਉੱਪਰੋਂ ਦੇਖਦਾ ਵੀ ਆਲੇ ਦੁਆਲੇ ਕਿਤੇ ਮੇਰਾ ਕੋਈ ਸ਼ਿਕਾਰ ਫਿਰਦਾ ਹੋਵੇ ਅਤੇ ਮੈਂ ਉਹਨੂੰ ਉਹ ਕਰ ਲਾਂ। ਇਹ ਆਪਣੇ ਵਜ਼ਨ ਤੋਂ 3-4 ਗੁਣਾ ਵਜ਼ਨ ਚੱਕ ਕੇ ਕਿਸੇ ਵੀ ਉੱਚੀ ਥਾਂ 'ਤੇ ਚੜ੍ਹ ਸਕਦਾ ਅਤੇ ਕਿਉਂ ਜਾਣ ਦੀ ਇਹਦੇ ਵਿੱਚ ਕੋਈ ਕਮੀ ਨਹੀਂ ਹੁੰਦੀ। ਸਾਰਾ ਦਿਨ ਤੁਸੀਂ ਦੇਖ ਲਓ ਇਹ ਕਿਹੋ ਜਿਹਾ ਸ਼ਿਕਾਰ ਵਾਲਾ ਭੋਜਨ ਸਕਦਾ, ਅਤੇ ਵੱਧ ਇਹ ਨਹਿਰਾਂ ਵਾਲੇ ਇਲਾਕਿਆਂ 'ਚ ਜਾਂ ਜਿਵੇਂ ਕੱਛੀਆਂ ਕੁੱਛੀਆਂ ਹੁੰਦੀਆਂ ਨੇ ਉੱਥੇ ਜਾਂ ਜਿੱਥੇ ਪਾਣੀ ਪੀਣ ਦਾ ਪ੍ਰਬੰਧ ਹੋਵੇ, ਕਿਉਂ ਇਹਨੂੰ ਤੇਹ ਬਹੁਤ ਲੱਗਦੀ ਹੈ, ਪਿਆਸ ਬਹੁਤ ਲੱਗਦੀ ਹੈਗੀ, ਉਹ ਇਲਾਕਿਆਂ ਦੇ ਵਿੱਚ ਭਰਾਵੋ ਇਹ ਫਿਰਦਾ ਰਹਿੰਦਾ ਗਾ। ਅਤੇ ਇਸੇ ਤਰ੍ਹਾਂ ਮੈਂ ਕਹਿਣਾ ਸਾਰੇ ਵੀਰਾਂ ਨੂੰ ਵੀ ਇਹ ਜਿਹੜੇ ਨਿਸ਼ਾਨ ਨੇ ਨਾ, ਇਹ ਨਿਸ਼ਾਨ ਭਵਾਨੀਗੜ੍ਹ ਕੋਲ ਇੱਕ ਘਰਾਚੋਂ ਪਿੰਡ ਆ, ਘਰਾਚੋਂ ਪਿੰਡ ਦੇ ਵਿੱਚ ਇੱਕ ਮੁੰਡਾ ਹੈਗਾ ਵੀਰ ਆਪਣਾ, ਅਤੇ ਮੈਂ ਉਹਦਾ ਨਾਂ ਨਹੀਂ ਫਿਲਹਾਲ ਪਬਲਿਕ ਕਰਦਾ, ਉਸ ਦੇ ਖੇਤ ਦੀਆਂ ਨੇ ਬਾਈ ਜੀ ਇਹ, ਅਤੇ ਜੇ ਲੋੜ ਪਈ ਤਾਂ ਆਪਾਂ ਵੀਰ ਦੀ ਇੰਟਰਵਿਊ ਵੀ ਕਰਾਂਗੇ। ਤਾਂ ਕਰਕੇ ਬਾਈ ਮੰਨ ਲਓ ਵੀ ਹਰੀਗੜ੍ਹ ਭੈਣੀ ਦੇ ਖੇਤਾਂ 'ਚ ਦੇਖਿਆ ਗਿਆ, ਇਹ ਇੱਕ ਰਾਤ ਦੇ ਵਿੱਚ 40-50 ਕਿਲੋਮੀਟਰ ਸਫ਼ਰ ਤੈਅ ਕਰਨਾ, ਇਹਦੇ ਲਈ ਕੋਈ ਵੱਡੀ ਗੱਲ ਨਹੀਂ ਹੈਗੀ।